ਬੀਤੇ ਦਿਨ ਸ਼ਿਵਸੈਨਾ ਦੇ ਸਾਬਕਾ ਸਿਟੀ ਪ੍ਰਧਾਨ ਕਾਲਾ ਪੰਡਿਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਅਜੇ ਸੁਲਝਦਾ ਦਿਖਾਈ ਨਹੀਂ ਦੇ ਰਿਹਾ। ਵੀਰਵਾਰ ਨੂੰ ਸ਼ਿਵਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਆਪਣੀ ਟੀਮ ਨਾਲ ਕਪੂਰਥਲਾ ਪਿਆਰਾ ਲਾਲ ਨੀਰਜ ਕੁਮਾਰ ਹੈਪੀ ਸ਼ਰਮਾ ਦੇ ਹੱਕ ਵਿੱਚ ਕਪੂਰਥਲਾ ਦੇ SSP ਨੂੰ ਜਾਂਚ ਦੀ ਅਪੀਲ ਕਰਨ ਲਈ ਪਹੁੰਚੇ। ਉਸ ਤੋਂ ਪਹਿਲਾਂ ਯੋਗਰਾਜ ਸ਼ਰਮਾ ਨੇ ਕਪੂਰਥਲਾ ਦੇ ਸ਼ਿਵਸੈਨਾ ਦੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕਾਲਾ ਪੰਡਿਤ ਸਾਡਾ ਇੱਕ ਸੱਚਾ ਸਿਪਾਹੀ ਹੈ। ਉਹਨਾਂ ਦੀ ਮੌਤ ਦਾ ਉਹਨਾਂ ਨੂੰ ਬਹੁਤ ਦੁੱਖ ਹੈ, ਪਰ ਕਾਲਾ ਪੰਡਿਤ ਦੀ ਪਤਨੀ ਵੱਲੋਂ ਕਿਸੇ ਦੇ ਕਹਿਣ 'ਤੇ ਸਾਡੇ ਉਪ ਪ੍ਰਧਾਨ ਪੰਜਾਬ ਪਿਆਰਾ ਲਾਲ ਨੀਰਜ ਸ਼ਰਮਾ ਅਤੇ ਹੈਪੀ ਸ਼ਰਮਾ 'ਤੇ ਮਾਮਲਾ ਦਰਜ ਕਰਵਾਇਆ ਹੈ। ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ। ਮੇਨ ਇਹ ਮੁੱਦਾ ਇਹ ਸੀ, ਜਿਹੜਾ ਐਪੀਸੋਡ ਸਾਡਾ ਕਿਸੇ ਸੈਨਿਕ ਆ ਉਸ ਦੁਨੀਆ ਤੋਂ ਚਲਾ ਗਿਆ, ਜਿਹਦੇ ਵਿੱਚ ਸਾਡੇ ਪੰਜਾਬ ਦੇ ਉਪਾਧਿਆਕਸ਼ ਸ਼੍ਰੀ ਪਿਆਰਾ ਲਾਲ ਜੀ ਅਤੇ ਉਹਦੇ ਪਰਿਵਾਰ 'ਤੇ ਉਹਨਾਂ ਦੇ ਬੇਟੇ 'ਤੇ ਇੱਕ ਐਲੀਗੇਸ਼ਨ ਲੱਗਾ ਵੀ ਉਹਨਾਂ ਦੀ ਵਜ੍ਹਾ ਜਾਂ ਸੁਸਾਈਡ ਕੀਤਾ। ਜਿਹੜਾ ਮੇਰੀ ਜਿਹੜਾ ਸਾਡਾ ਸਿਵ ਸੈਨਿਕ ਗਿਆ ਉਹਦੇ ਪਰਿਵਾਰ ਦੇ ਪ੍ਰਤੀ ਸੰਵੇਦਨਾ, ਬਹੁਤ ਦੁੱਖ ਦੀ ਗੱਲ ਹੈ ਵੀ ਇੱਕ ਸਾਡਾ ਪੁਰਾਣਾ ਸਿਵ ਸੈਨਿਕ ਜਿਹੜਾ ਉਸ ਦੁਨੀਆ ਤੋਂ ਚਲਾ ਗਿਆ। ਲੇਕਿਨ ਅੱਜ ਅਸੀਂ ਕਪੂਰਥਲੇ ਵਿੱਚ ਜਿਹੜੀ ਮੇਨ ਵਜ੍ਹਾ ਉਹ ਇਸ ਕਰਕੇ ਆਇਆ ਵੀ SSP ਕਪੂਰਥਲਾ ਸਾਹਿਬ ਨੂੰ ਇਸ ਵਿਸ਼ੇ 'ਤੇ ਮਿਲਣਾ, ਜਾਂਚ ਵਾਸਤੇ ਮਿਲਣਾ ਵੀ ਇਸ ਕੇਸ ਦੀ ਵਧੀਆ ਜਾਂਚ ਹੋਣੀ ਚਾਹੀਦੀ ਹੈ, ਕਿਸੇ ਅੱਛੇ ਅਫੀਸਰਾਂ ਦੀ ਇੱਕ ਕਮੇਟੀ ਦਾ ਗਠਨ ਕਰਕੇ ਉਹਦੀ ਜਾਂਚ ਹੋਣੀ ਚਾਹੀਦੀ ਹੈ। ਮੇਰਾ ਖਾਸ ਕਰਕੇ ਇਹ ਮੰਨਣਾ, ਸੰਗਠਨ ਦਾ ਇਹ ਮੰਨਣਾ ਵੀ ਪਿਆਰਾ ਲਾਲ ਨਾਲ ਉਸ ਪਰਿਵਾਰ ਨਾਲ ਪਿਆਰਾ ਲਾਲ ਜੀ ਦੀ ਕੋਈ ਦੁਸ਼ਮਣੀ ਨਹੀਂ, ਨਾ ਹੀ ਪਿਆਰਾ ਲਾਲ ਦਾ ਉਹਦੇ ਨਾਲ ਕੋਈ ਕਦੀ ਕਨੈਕਟ ਰਿਹਾ, ਨਾ ਉਹਦੇ ਕੋਲ ਫੋਨ ਨੰਬਰ ਹੈ, ਨਾ ਉਹਦੇ ਨਾਲ ਫੋਨ ਨੰਬਰ ਹੈ। ਇੱਕ ਵਿਅਕਤੀ ਆਪਣਾ ਕੰਮ ਕਰ ਰਿਹਾ ਸੰਗਠਨ ਦਾ, ਇਹ ਇੱਕ ਦਿਮਾਗ ਦੇ ਵਿੱਚ ਸ਼ੜਯੰਤਰ ਦੇ ਤਹਿਤ ਕੁਛ ਦਿਖ ਰਿਹਾ ਵੀ ਇਹ ਸ਼ੜਯੰਤਰ ਇੱਕ ਰਚਿਆ ਗਿਆ। ਇਸ ਕਰਕੇ ਖਾਸ ਕਰਕੇ ਅੱਜ SSP ਸਾਹਿਬ ਨੂੰ ਮਿਲਣਾ ਵੀ ਇਹਦੀ ਜਿਹੜੀ ਜਾਂਚ ਹੈ ਕਿਸੇ ਅੱਛੇ ਅਫੀਸਰਾਂ ਦੀ ਡਿਊਟੀ ਲਾ ਕੇ ਇਹਦੀ ਜਾਂਚ ਕਰਵਾਈ ਜਾਵੇ, ਔਰ ਜਿਹੜੇ ਲੋਕ ਦੋਸ਼ੀ ਨੇ ਜਿਹਨਾਂ ਨੇ ਸ਼ੜਯੰਤਰ ਰਚਿਆ ਉਹ ਸਾਹਮਣੇ ਲਿਆਏ ਜਾਣ, ਪੁਲਿਸ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਜਿਹਨਾਂ ਲੋਕਾਂ ਨੇ ਇਹ ਸ਼ੜਯੰਤਰ ਰਚਿਆ। ਕਪੂਰਥਲਾ ਤੋਂ ਸਾਜਨ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।